ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਦਸੰਬਰ ਮੰਥ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੁਸੀਂ ਕੋਈ ਵੀ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਹਰੇਕ ਸਿਲੇਬਸ ਦੇ ਵਿੱਚ ਪਹਿਲਾ ਟੌਪਿਕ ਕਰੰਟ ਅਫੇਅਰ ਦਾ ਹੀ ਹੋਵੇਗਾ ਤੇ ਕਰੰਟ ਅਫੇਅਰ ਤੁਹਾਡੇ ਲਈ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀ ਇੰਪੋਰਟੈਂਟ ਹੈ ਜਾਨੀ ਕਿ ਭਾਰਤ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਚੱਲ ਰਹੇ ਮੁੱਦੇ ਸੋ ਅਸੀਂ ਜੋ ਕਰੰਟ ਅਫੇਅਰ ਕਰ ਰਹੇ ਹਾਂ ਉਹ ਭਾਰਤ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਵਿੱਚ ਚੱਲ ਰਹੇ ਮੁੱਦਿਆਂ ਦੇ ਨਾਲ ਰਿਲੇਟਿਡ ਹੀ ਕਰਾਂਗੇ ਸੋ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਦਸੰਬਰ ਮਹੀਨੇ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਬਣ ਸਕਦੇ ਸੀ ਸਲੈਕਟਡ ਜੇ ਉਹ ਮੈਂ ਇਸ ਵੀਡੀਓ ਦੇ ਵਿੱਚ ਐਡ ਕਰ ਦਿੱਤੇ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਕੁਐਸਚਨ ਨੰਬਰ 1 ਸਾਲ 2024 ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਮੇਜ਼ਬਾਨੀ ਕੌਣ ਕਰੇਗਾ ਸਾਲ 2024 ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਮੇਜ਼ਬਾਨੀ ਅਮ੍ਰਿਤਸਰ ਕਰੇਗਾ অপਸ਼ਨ ਸੀ ਇਸ ਦਾ রাইਟ ਆਨਸਰ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ 13ਵੀਂ ਸੀਨੀਅਰ ਪੁਰਸ਼ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਕਿਸ ਨੇ ਜਿੱਤੀ ਹੈ ਹਾਂਜੀ 13ਵੀਂ ਸੀਨੀਅਰ ਪੁਰਸ਼ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਪੰਜਾਬ ਨੇ ਹਰਿਆਣਾ ਨੂੰ ਹਰਾ ਕੇ ਜਿੱਤੀ অপশন সি ইজ দা রাইট আনসার ਹੁਣ ਪੰਜਾਬ ਨੇ ਜਿੱਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਹੈ ਚੰਡੀਗੜ੍ਹ ਤੇ ਪੰਜਾਬ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਟੀਫਿਕੇਟ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਸ਼ਨ ਹੋਪ ਇਨੀਸ਼ੀਏਟਿਵ ਸ਼ੁਰੂ ਕੀਤਾ ਪੰਜਾਬ ਦੇ ਪਿੰਡ ਨਮਾ ਪਿੰਡ ਸਰਦਾਰਾ ਨੂੰ ਸਰਵੋਤਮ ਸੈਰਸਪਾਟਨਾ ਪਿੰਡ ਦਾ ਪੁਰਸਕਾਰ ਮਿਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਲੋਕਾਂ ਨੂੰ ਆਨਲਾਈਨ ਸੇਵਾਵਾਂ ਮਹਈਆ ਕਰਵਾਉਣ ਵਿੱਚ ਪੰਜਾਬ ਦਾ ਕਿਹੜਾ ਜ਼ਿਲ੍ਹਾ ਪਹਿਲੇ ਸਥਾਨ ਤੇ ਰਿਹਾ ਹਾਂ ਜੀ ਲੋਕਾਂ ਨੂੰ ਆਨਲਾਈਨ ਸੇਵਾਵਾਂ ਮਹਈਆ ਕਰਵਾਉਣ ਵਿੱਚ ਪੰਜਾਬ ਦਾ ਅੰਮ੍ਰਿਤਸਰ ਟੌਪ ਤੇ ਰਿਹਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅੰਮ੍ਰਿਤਸਰ ਜ਼ਿਲ੍ਹਾ 99.97% ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮਹਈਆ ਕਰਵਾ ਕੇ ਪੂਰੇ ਰਾਜ ਵਿੱਚੋਂ ਟੌਪ ਤੇ ਰਿਹਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਸ ਸੈਰ ਦੇ ਆਰਮਡ ਫੋਰਸਿਸ ਮੈਡੀਕਲ ਕਾਲਜ ਨੂੰ ਪ੍ਰੈਜ਼ੀਡੈਂਟ ਕਲਰ ਨਾਲ ਸਨਮਾਨਿਤ ਕੀਤਾ ਹਾਂਜੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ ਪੂਨੇ ਦੇ ਮੈਡੀਕਲ ਕਾਲਜ ਨੂੰ ਪ੍ਰੈਜ਼ੀਡੈਂਟ ਕਲਰ ਨਾਲ ਸਨਮਾਨਿਤ ਕੀਤਾ ਆਪਸ਼ਨ ਸੀ ਇਜ਼ ਆ ਰਾਈਟ ਆਂਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਸਰਕਾਰ ਨੇ ਕਿਸ ਦੇਸ਼ ਵਿੱਚੋਂ 75 ਭਾਰਤੀ ਸੈਨਿਕਾਂ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ ਹਾਂਜੀ 몰ਦੀਪ ਦੇ ਵਿੱਚ ਆਪਣੇ 75 ਭਾਰਤੀ ਸੈਨਿਕ ਸੀਗੇ ਦੇਖੋ ਅਸਲ ਦੇ ਵਿੱਚ 2010 ਤੇ ਤੋਂ ਲੈ ਕੇ 2013 ਤੱਕ ਇੰਡੀਆ ਨੇ 몰ਦੀਪ ਨੂੰ ਦੋ ਹੈਲੀਕਾਪਟਰ ਦਿੱਤੇ ਸੀ ਅਤੇ 2020 ਦੇ ਵਿੱਚ ਇੱਕ ਲੜਾਕੂ ਵਿਮਾਨ ਵੀ ਦਿੱਤਾ ਅਤੇ ਫਿਰ 2021 ਦੇ ਵਿੱਚ 75 ਭਾਰਤੀ ਸੈਨਿਕਾਂ ਨੂੰ ਇਨ੍ਹਾਂ ਹੈਲੀਕਾਪਟਰ ਦੇ ਰੱਖ-ਰਖਾਵ ਅਤੇ ਇਨ੍ਹਾਂ ਦੀ ਟ੍ਰੇਨਿੰਗ ਦੇ ਲਈ 몰ਦੀਬ ਦੇ ਵਿੱਚ ਭੇਜਿਆ ਤੇ ਹੁਣ 몰ਦੀਬ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਆ ਮੁਹੰਮਦ ਮੋਇਜ਼ੂ ਇਹਨਾਂ ਨੂੰ ਚਾਈਨਾ ਸਪੋਰਟ ਕਰ ਰਿਆ ਜਿਹਨੂੰ ਸਾਡੇ ਦੇਸ਼ ਦੇ ਭਾਰਤ ਨੇ ਸਪੋਰਟ ਕੀਤਾ ਸੀ ਉਹ ਚੋਨਾਂ ਦੇ ਵਿੱਚੋਂ ਹਾਰ ਗਏ ਤੇ ਮੁਹੰਮਦ ਮੋਇਜ਼ੂ ਨੂੰ ਚਾਈਨਾ ਨੇ ਸਪੋਰਟ ਕੀਤਾ ਸੀ ਤੇ ਜਿੱਤੇ ਗਿਆ ਤੇ ਹੁਣ ਇਹ ਚੀਨ ਨੂੰ ਹੀ ਸਪੋਰਟ ਕਰ ਰਿਹਾ ਚੀਨ ਦੀ ਹੀ ਗੱਲ ਸੁਣ ਰਿਹਾ ਵਾ ਇਸ ਕਰਕੇ 몰ਦੀਬ ਦੇ ਨਾਲ ਜਿਹੜੇ ਸਾਡੇ ਸਬੰਧ ਆ ਉਹ ਥੋੜੇ ਵਿਗੜਦੇ ਨਜ਼ਰ ਆ ਰਹੇ ਆ ਤਾਂ 몰ਦੀਬ ਦੇ ਵਿੱਚ ਜਿਹੜੇ 75 ਸੈਨਿਕ ਸੀ ਇਹਨਾਂ ਨੂੰ ਵਾਪਸ ਭੇਜਣ ਦਾ ਫੈਸਲਾ ਮੁਹੰਮਦ ਮੌਜੂਦਾ ਹੀ ਸੀਗਾ ਤੇ 75 ਭਾਰਤੀ ਸੈਨਿਕਾਂ ਨੂੰ ਹੁਣ ਵਾਪਸ ਲਿਆਉਣ ਦਾ ਫੈਸਲਾ ਭਾਰਤ ਸਰਕਾਰ ਨੇ ਲਿਆ ਆਪਸ਼ਨ B ਦਾ ਰਾਈਟ ਆਨਸਰ 몰ਦੀਬ 몰ਦੀਬ ਦੀ ਗੱਲ ਹੋ ਰਹੀ ਹੈ ਤਾਂ 몰ਦੀਬ ਦੀ ਕੈਪੀਟਲ ਆ ਮਾਲੇ ਕਰੰਸੀ ਜਾਂ 몰ਦੀਬੀਅਨ ਰੁਪਇਆ ਅਤੇ ਪ੍ਰੈਜ਼ੀਡੈਂਟ ਆ ਮੁਹੰਮਦ ਮੌਜੂ ਨੈਕਸਟ ਰਿਲਾਈਐਂਸ ਜੀਓ ਨੇ 몰ਦੀਪ ਨੂੰ ਹਾਈ ਸਪੀਡ ਆਪਟੀਕਲ ਫਾਈਬਰ ਕੇਬਲ ਨਾਲ ਜੋੜਨ ਦਾ ਕੰਮ ਪੂਰਾ ਕੀਤਾ 몰ਦੀਪ ਦੀ ਕਰੰਟ ਅਫੇਅਰ ਹੈ 몰ਦੀਪ ਵਿੱਚ ਏਸ਼ੀਆ ਸਰਫਿੰਗ ਚੈਂਪੀਅਨਸ਼ਿਪ ਕਰਵਾਈ ਗਈ 몰ਦੀਪ ਵਿੱਚ ਕੋਲੰਬੋ ਸੁਰੱਖਿਆ ਸੰਮੇਲਨ ਦੀ 7ਵੀਂ ਡਿਪਟੀ ਐਨਐਸਸੀ ਮੀਟਿੰਗ ਹੋਈ ਭਾਰਤ ਅਤੇ 몰ਦੀਪ ਦੇ ਰਾਸ਼ਟਰੀ ਰੱਖਿਆ ਹਥਿਆਰਾਂ ਵਿਚਕਾਰ ਸੰਜੁਕਤ ਫੌਜੀ ਅਭਿਆਸ ਐਕਸ ਇਕੋਵੈਰਨ ਦਾ 12ਵਾਂ ਸੰਸਕਰਣ ਉੱਤਰਾਖੰਡ ਦੇ ਚੋਬਤੀਆ ਵਿੱਚ ਹੋਇਆ ਨੈਕਸਟ ਕੁਐਸ਼ਨ ਇਸਰੋ ਨੇ ਕਿਸ ਵਿਗਿਆਨੀ ਨੂੰ ਹਾਲ ਹੀ ਵਿੱਚ ਫਰਾਂਸ ਦੇ ਸੈਵਲਿਅਰ ਅਵਾਰਡ ਨਾਲ ਸਨਮਾਨਿਤ ਕੀਤਾ ਹਾਂਜੀ ਇਸਰੋ ਦੇ ਵੀ ਵੀ ਬੀ ਆਰ ਲਲਿਤਾੰਬਿਕਾ ਵਿਗਿਆਨੀ ਆ ਬੀ ਆਰ ਲਲਿਤਾੰਬਿਕਾ ਠੀਕ ਹੈ ਤੇ ਇਹਨਾਂ ਨੂੰ ਰੀਸੈਂਟਲੀ ਫਰਾਂਸ ਦੇ ਸੈਵਲਿਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਬੀ ਆਰ ਲਲਿਤਾੰਬਿਕਾ ਤੇ ਹੁਣ ਇਸਰੋ ਦੀ ਗੱਲ ਹੋ ਰਹੀ ਹੈ ਇਸਰੋ ਦੇ ਵਿਗਿਆਨੀ ਆ ਇਸਰੋ ਦੀ ਸਥਾਪਨਾ 1969 ਦੇ ਵਿੱਚ ਹੋਈ ਆ ਇਸਰੋ ਭਾਰਤ ਦੀ ਸਪੇਸ ਏਜੰਸੀ ਆ ਜਿਸ ਦੀ ਫੁੱਲ ਫਾਰਮ ਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 1969 ਚ ਹੋਈ ਹੈਡਕੁਆਟਰ ਬੰਗਲੌਰ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੀ ਚੇਅਰਮੈਨ ਆ ਐਸ ਸੋਮਨਾਥ ਨੈਕਸਟ ਕੁਐਸ਼ਨ ਸਮਰਾਧੀ ਕਨਕਲੇਵ ਨਾਮ ਦੀ ਡਿਪਟੈਕ ਸਟਾਰਟਅਪ ਪ੍ਰੋਮੋਸ਼ਨ ਮੁਹਿੰਮ ਕਿੱਥੇ ਸ਼ੁਰੂ ਕੀਤੀ ਗਈ ਹਾਂਜੀ ਸਮਰਾਧੀ ਕਨਕਲੇਵ ਨਾਮ ਦੀ ਡਿਪਟੈਕ ਸਟਾਰਟਅਪ ਪ੍ਰੋਮੋਸ਼ਨ ਮੁਹਿੰਮਾ ਜਿਹੜੀ AIIT ਰੋਪੜ ਦੇ ਵਿੱਚ ਸ਼ੁਰੂ ਕੀਤੀ ਗਈ ਆ অপਸ਼ਨ ਸੀ ਇਸ ਆ ਰਾਈਟ ਆਨਸਰ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਇਹਨੂੰ ਸ਼ੁਰੂ ਕੀਤਾ ਵਾ ਤੇ ਇਹ ਖੇਤੀ ਦੇ ਲਈ ਸ਼ੁਰੂ ਕੀਤੀ ਗਈ ਹੈ ਖੇਤੀ ਦੇ ਨਾਲ ਰਿਲੇਟਡ ਆ ਠੀਕ ਹੈ ਤੇ ਹੁਣ AIIT ਦੀ ਗੱਲ ਆ ਤਾਂ AIIT ਰੋਪੜ ਦੇ ਖੋਜਕਰਤਾਵਾਂ ਨੇ ਸਤਲੋਜ ਦੇ ਵਿੱਚ ਇੱਕ ਦੁਰਲੱਭ ਧਾਤ ਟੈਟਾਲਮ ਦੀ ਖੋਜ ਕੀਤੀ KBIC ਨੇ AIIT ਦਿੱਲੀ ਵਿਖੇ ਨਵੇਂ ਖਾਦੀ ਇੰਡੀਆ ਆਊਟਲਟ ਦਾ ਉਦਘਾਟਨ ਕੀਤਾ IIT Kanpur ਨੇ ਸਟਾਰਟਅਪ ਇਕੋਸਿਸਟਮ ਨੂੰ ਹੁਲਾਰਾ ਦੇਣ ਲਈ ICICI ਬੈਂਕ ਨਾਲ ਸਾਂਝੇਦਾਰੀ ਕੀਤੀ। ਨੈਕਸਟ ਕੁਐਸਚਨ ਹਾਲ ਹੀ ਵਿੱਚ ਪਹਿਲਾ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਕੌਣ ਲਾਂਚ ਕਰੇਗਾ? ਹਾਂਜੀ ਪਹਿਲਾ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਹੈ ਜਿਹੜਾ ਇਹ ਇਸਰੋ ਲਾਂਚ ਕਰੇਗਾ। ਆਪਸ਼ਨ B ਇਜ਼ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਤੇ ਇਸਰੋ ਬਾਰੇ ਮੈਂ ਤੁਹਾਨੂੰ ਪਹਿਲਾਂ ਇੰਪੋਰਟੈਂਟ ਫੈਕਟ ਦੱਸ ਚੁੱਕੀ ਹਾਂ। ਨੈਕਸਟ ਕੁਐਸਚਨ ਹਾਲ ਹੀ ਵਿੱਚ ਟਾਈਮਜ਼ ਐਥਲੀਟ ਆਫ ਦੀ ਈਅਰ ਕਿਸ ਨੂੰ ਚੁਣਿਆ ਗਿਆ ਹਾਂਜੀ ਟਾਈਮਜ਼ ਐਥਲੀਟ ਆਫ ਦਿイヤー ਚੁਣਿਆ ਗਿਆ ਵਾ লিওਨਲ ਮੈਸੀ ਨੂੰ ਫੁੱਟਬਾਲ ਦੇ ਫੇਮਸ ਖਿਡਾਰੀ ਆ ਇਹ লিওਨਲ ਮੈਸੀ ਤੇ ਇਹਨਾਂ ਨੂੰ ਟਾਈਮਜ਼ ਐਥਲੀਟ ਆਫ ਦਿイヤー ਨਾਲ ਸਨਮਾਨਿਤ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਇਸ ਦੇ ਵਿੱਚ ਵੀ ਨੈਕਸਟ ਹੈ ਫੋਰਵਰਡਸ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਕਿੰਨੀਆਂ ਭਾਰਤੀ ਔਰਤਾਂ ਸ਼ਾਮਿਲ ਹਨ ਹਾਂਜੀ ਪੂਰੀ ਦੁਨੀਆ ਦੇ ਵਿੱਚ ਟੋਟਲ 100 ਮੋਸਟ ਪਾਵਰਫੁਲ ਔਰਤਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਭਾਰਤ ਦੀਆਂ ਚਾਰ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਚਾਰ ਟਾਪ ਪਾਵਰਫੁਲ ਔਰਤਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਫੋਰਵਰਡਸ ਦੁਆਰਾ ਤੇ ਇਸ ਦੇ ਵਿੱਚ ਚਾਰ ਭਾਰਤੀ ਔਰਤਾਂ ਨੇ ਇਸ ਲਿਸਟ ਦੇ ਵਿੱਚ 32ਵੇਂ ਨੰਬਰ ਤੇ ਆ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ 60ਵੇਂ ਨੰਬਰ ਤੇ ਆ ਰੋਸ਼ਨੀ ਨਾਡਲ 70ਵੇਂ ਨੰਬਰ ਤੇ ਆ ਸੋਮਾ ਮੰਡਲ 76ਵੇਂ ਨੰਬਰ ਤੇ ਆ ਕਿਰਨ ਮਜ਼ੂਮਦਾਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਮੰਗਲ ਤੇ ਰੋਵਰ ਚਲਾਉਣ ਵਾਲੀ ਪਹਿਲੀ ਭਾਰਤੀ ਔਰਤ ਕੌਣ ਬਣੀ ਹੈ ਹਾਂਜੀ ਮੰਗਲ ਤੇ ਰੋਵਰ ਚਲਾਉਣ ਵਾਲੀ ਪਹਿਲੀ ਭਾਰਤੀ ਔਰਤ ਬਣੀ ਆ ਕੌਣ ਬਣੀ ਆ ਡਾਕਟਰ ਅਕਸ਼ਤਾ ਕ੍ਰਿਸ਼ਨਾ ਮੂਰਤੀ অপਸ਼ਨ ਬੀ ਇਜ਼ ਅ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਡਾਕਟਰ ਅਕਸ਼ਤਾ ਕ੍ਰਿਸ਼ਨ ਮੂਰਤੀ ਤੇ ਇਹ ਹੀ ਮੰਗਲ ਤੇ ਰੋਵਰ ਚੜਾਉਣ ਵਾਲੀ ਪਹਿਲੀ ਭਾਰਤੀ ਬਣੀ ਆ ਨੈਕਸਟ ਕੁਐਸ਼ਚਨ ਆ ਕਿਸ ਭਾਰਤੀ ਮੂਲ ਦੇ ਲੇਖਕ ਨੂੰ ਹਾਲ ਹੀ ਵਿੱਚ ਸਿੰਗਾਪੁਰ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਮੀਰਾ ਚੰਦ ਮੀਰਾ ਚੰਦ ਨੂੰ ਸਿੰਗਾਪੁਰ ਦੇ ਸਰਵਉੱਚ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਆਪਸ਼ਨ ਬੀ ਇਸ ਦਾ ਰਾਈਟ ਆਂਸਰ ਤੇ ਇੰਡੀਅਨ ਰਾਈਟਰ ਆਹੇ ਮੀਰਾ ਚੰਦ ਤੇ ਇਹਨਾਂ ਦੀ 81 ਸਾਲ ਦੀ ਉਮਰ ਆ ਨੈਕਸਟ ਕੁਐਸ਼ਚਨ ਆ ਜੀ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੈਸਟ ਪੋਇਟ ਐਂਡ ਰਾਈਟਰ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੈਸਟ ਪੋਇਟ ਐਂਡ ਬੈਸਟ ਰਾਈਟਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਗੁਰਚਰਨ ਕੌਰ ਨੂੰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਗੁਰਚਰਨ ਕੌਰ ਤੇ 15 ਦਸੰਬਰ ਨੂੰ ਦੁਬਈ ਦੇ ਵਿੱਚ ਪੰਜਾਬ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੀ ਸਕੱਤਰ ਤੇ ਪੰਜਾਬ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਤੇ ਸਾਹਿਤਕ ਸੰਸਥਾਪਕ ਇਸ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸੀਨੀਅਰ ਉਪ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੋਚਰ ਨੂੰ ਉਹਨਾਂ ਵੱਲੋਂ ਲਿਖੇ ਗਏ ਗੀਤ ਚਾਨਣ ਭਰ ਦੇਾਂਗੇ ਸਦਕਾ ਪਿਫ ਸਟਾਰ ਅਵਾਰਡ 2023 ਤਹਿਤ ਬੈਸਟ ਪੋਇਟ ਐਂਡ ਬੈਸਟ ਰਾਈਟਰ ਦਾ ਅਵਾਰਡ ਦਿੱਤਾ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਐਲਾਨ ਮਸਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਲਾਂਚ ਕੀਤਾ ਉਸ ਦਾ ਨਾਮ ਕੀ ਹੈ ਹਾਂਜੀ ਐਲਾਨ ਮਸਕ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਲਾਂਚ ਕੀਤਾ ਜਿਸ ਦਾ ਨਾਮ ਆ ਗਰੋਕ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜਾਰੀ ਕੀਤੇ ਗਲੋਬਲ ਪ੍ਰਦੂਸ਼ਣ ਰੈਂਕਿੰਗ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਰੀਸੈਂਟਲੀ ਗਲੋਬਲ ਪ੍ਰਦੂਸ਼ਣ ਰੈਂਕਿੰਗ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਲਾਹੌਰ ਸਿਖਰ ਤੇ ਰਿਹਾ ਆਪਸ਼ਨ ਸੀ ਇਥੇ ਰਾਈਟ ਆਨਸਰ ਹੈ ਜੀ ਲਾਹੌਰ ਲਾਹੌਰ ਸਿਖਰ ਤੇ ਰਹਾ ਨੈਕਸਟ ਕੁਐਸਚਨ ਕਿਸ ਨੇ ਹਾਲ ਹੀ ਵਿੱਚ ਸੰਵੇਦ ਆਫ ਨਿਊ ਇੰਡੀਆ ਕਿਤਾਬ ਰਿਲੀਜ਼ ਕੀਤੀ ਸੰਵੇਦ ਆਫ ਨਿਊ ਇੰਡੀਆ ਕਿਤਾਬ ਰਿਲੀਜ਼ ਕੀਤੀ ਆ ਰਾਮਨਾਥ ਕੋਬਿੰਦ ਨੇ ਆਪਸ਼ਨ ਬੀ ਇਜ਼ ਆ ਰਾਈਟ ਆਨਸਰ ਇਹ ਸਾਬਕਾ ਰਾਸ਼ਟਰਪਤੀ ਆ ਤੇ ਭਾਰਤੀ ਸੰਵਿਧਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਭਾਸ਼ਣ ਦਾ ਇੱਕ ਸੰਕਲਨ ਆ ਸੰਵੇਦ ਆਫ ਨਿਊ ਇੰਡੀਆ ਜਿਸ ਨੂੰ ਰਾਮਨਾਥ ਕੋਬਿੰਦ ਨੇ ਰਿਲੀਜ਼ ਕੀਤਾ ਵਾ ਬੁੱਕ ਦੀ ਗੱਲ ਆ ਤਾਂ ਰਕੇਸ਼ ਪਾਠਕ ਦੁਆਰਾ ਲਿਖੀ ਗਈ ਪੁਸਤਕ ਅ 1857 ਰਿਲੀਜ਼ ਹੋਈ। ਮਨੋਜ ਸਿਨੇਹਾ ਨੇ ਵਾਰੀਅਰ ਔਨ व्हील्स 휠ਚੇਅਰ ਟੂ ਪਦਮ ਸ਼੍ਰੀ ਪੁਸਤਕ ਰਿਲੀਜ਼ ਕੀਤੀ। ਅਸ਼ੋਕ ਟੰਡਨ ਦੁਆਰਾ ਲਿਖੀ ਗਈ ਕਿਤਾਬ ਰਿਵਰਸ ਸਵਿੰਗ ਲਾਂਚ ਕੀਤੀ ਗਈ। ਵਿਵੇਕ ਅਗਨੀ ਹੋਤਰੀ ਨੇ ਆਪਣੀ ਨਵੀਂ ਕਿਤਾਬ ਦੀ ਬੁੱਕ ਆਫ ਲਾਈਫ ਮਾਈ ਬੁਦਾ ਮਾਈ ਡਾਂਸ ਵਿਦ ਬੁਦਾ ਫਾਰ ਸਕਸੈਸ ਲਾਂਚ ਕੀਤੀ। ਨੈਕਸਟ ਪੋਜੀਸ਼ਨ ਆ ਜੀ। ਹਾਲ ਹੀ ਵਿੱਚ ਕਿਸ ਨੂੰ ਕਰਮਵੀਰ ਚੱਕਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ? ਹਾਂਜੀ ਕਰਮਵੀਰ ਚੱਕਰ ਮੈਡਲ ਦੇ ਨਾਲ ਕਿੰਨਾਂ ਨੂੰ ਸਨਮਾਨਿਤ ਕੀਤਾ ਗਿਆ ਡਾਕਟਰ ਹੇਮ ਚੰਦਰਨ ਰਵੀ ਕੁਮਾਰ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਤੇ ਇਹਨਾਂ ਨੂੰ ਡਾਕਟਰ ਹੇਮ ਚੰਦਰਨ ਰਵੀ ਕੁਮਾਰ ਨੂੰ ਕਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਹੈ ਹਾਲ ਹੀ ਵਿੱਚ ਵਿਕਸਿਤ ਭਾਰਤ 2047 ਨੌਜਵਾਨਾਂ ਦੀ ਆਵਾਜ਼ ਪਹਿਲ ਕਿਸ ਨੇ ਸ਼ੁਰੂ ਕੀਤੀ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਭਾਰਤ ਦੇ ਨੌਜਵਾਨਾਂ ਨੂੰ ਇਕੱਠੇ ਕਰਨ ਦੇ ਲਈ ਵਿਕਸਿਤ ਭਾਰਤ 2047 ਨੌਜਵਾਨਾਂ ਦੀ ਆਵਾਜ਼ ਪਹਿਲ ਸ਼ੁਰੂ ਕੀਤੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਹੀ ਟਾਰਗੇਟ ਹੈ ਕਿ 2047 ਤੱਕ ਭਾਰਤ ਨੂੰ ਪੂਰਾ ਵਿਕਸਿਤ ਬਣਾਉਣਾ ਵਾ ਤੇ ਉਸ ਦੇ ਤਹਿਤ ਵਿਕਸਿਤ ਭਾਰਤ 2047 ਨੌਜਵਾਨਾਂ ਦੀ ਆਵਾਜ਼ ਪਹਿਲ ਸ਼ੁਰੂ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਨੈਕਸਟ ਕੁਐਸ਼ਨ ਹੈ ਜੀ ਟਿਕਾਊ ਪ੍ਰਬੰਧਨ ਲਈ ਕਿ ਇਸ ਦੇਸ਼ ਨੇ ਹਾਲ ਹੀ ਵਿੱਚ ਜੰਗਲ ਪ੍ਰਮਾਣੀਕਰਨ ਯੋਜਨਾ ਸ਼ੁਰੂ ਕੀਤੀ ਹਾਂਜੀ ਟਿਕਾਊ ਪ੍ਰਬੰਧਨ ਦੇ ਲਈ ਸਾਡੇ ਦੇਸ਼ ਭਾਰਤ ਨੇ ਜੰਗਲ ਪ੍ਰਮਾਣੀਕਰਨ ਯੋਜਨਾ ਸ਼ੁਰੂ ਕੀਤੀ ਆ অপশন বি ইজ আ রাইট আনসার ভারত ਹੁਣ ਭਾਰਤ ਦੀ ਗੱਲ ਹੋ ਰਹੀ ਆ ਤਾਂ ਭਾਰਤ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਮਲੇਸ਼ੀਆ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦੇਵੇਗਾ ਭਾਰਤ ਸੋਸ਼ਲ ਮੀਡੀਆ ਲਈ ਸਖਤ ਉਮਰ ਤਸਦੀਕ ਦੀ ਯੋਜਨਾ ਬਣਾ ਰਿਹਾ ਭਾਰਤ ਨੇ 2023-24 ਵਿੱਚ ਰਿਕਾਰਡਡ 41010 ਪੈਂਡੈਂਟ ਬਣਾਈ ਭਾਰਤ ਲਗਾਤਾਰ ਤੀਜੀ ਵਾਰ AIBD ਦਾ ਪ੍ਰਧਾਨ ਚੁਣਿਆ ਗਿਆ ਭਾਰਤ ICC ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਟੀਮ ਬਣਿਆ ਭਾਰਤ ਲਗਾਤਾਰ 6ਵੇਂ ਮਹੀਨੇ ਉੱਪਰ ਦੇ ਬਾਜ਼ਾਰਾਂ ਵਿੱਚ ਟੌਪ ਤੇ ਰਿਹਾ ਪਾਟ ਵਨਡੇ ਇਤਿਹਾਸ ਵਿੱਚ 3000 ਸ਼ੱਕੇ ਲਗਾਉਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟ ਟੀਮ ਭਾਰਤ ਦੀ ਬਣੀ ਨੈਕਸਟ ਕੁਐਸਚਨ ਕਿਸ ਆਈਆਈਟੀ ਨੇ ਹਾਲ ਹੀ ਵਿੱਚ ਪਾਣੀ ਵਿੱਚੋਂ ਔਰਸੈਨਿਕ ਅਤੇ ਧਾਤੂ ਆਇਨਾ ਨੂੰ ਹਟਾਉਣ ਲਈ ਅਮਰੂਤ ਤਕਨੀਕ ਵਿਕਸਿਤ ਕੀਤੀ ਵੈਰੀ ਇੰਪੋਰਟੈਂਟ ਹਾਂਜੀ ਪਾਣੀ ਦੇ ਵਿੱਚੋਂ ਔਰਸੈਨਿਕ ਅਤੇ ਧਾਤੂ ਆਇਨਾ ਨੂੰ ਹਟਾਉਣ ਦੇ ਲਈ ਅਮਰੂਦ ਤਕਨੀਕ ਵਿਕਸਿਤ ਕੀਤੀ ਆਈਆਈਟੀ ਮ드ਰਾਸ ਨੇ ਵੈਰੀ ਵੈਰੀ ਇੰਪੋਰਟੈਂਟ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਡੋਰ ਸਟੈਪ ਸਰਵਿਸ ਸਕੀਮ ਦੀ ਸ਼ੁਰੂਆਤ ਕੀਤੀ ਵੈਰੀ ਇੰਪੋਰਟੈਂਟ ਹਾਂਜੀ ਡੋਰ ਸਟੈਪ ਸਰਵਿਸ ਸਕੀਮ ਦੀ ਸ਼ੁਰੂਆਤ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨ ਸਰਕਾਰ ਤੁਹਾਡੇ ਦੁਆਰ ਇਹ ਇੱਕ ਸਕੀਮ ਆ ਇਸ ਦੇ ਵਿੱਚ ਗਵਰਨਮੈਂਟ ਦੀਆਂ ਕੁਝ ਚੀਜ਼ਾਂ ਜਿਵੇਂ ਜਨਮ ਪ੍ਰਮਾਣ ਪੱਤਰ ਮੌਤ ਪ੍ਰਮਾਣ ਪੱਤਰ ਜਾਤੀ ਸਰਟੀਫਿਕੇਟ ਇਹ ਤੁਹਾਨੂੰ ਘਰ ਬੈਠੇ ਹੀ ਤੁਹਾਡੇ ਐਡਰੈਸ ਤੇ ਮਿਲ ਜਾਣਗੇ ਇਸ ਸਕੀਮ ਦੇ ਤਹਿਤ ਆ ਠੀਕ ਹੈ ਹਾਂਜੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਾਲ 2023 ਵਿੱਚ ਗੂਗਲ ਦੇ ਟਾਪ ਟ੍ਰੈਂਡਿੰਗ ਐਥਲੀਟਾਂ ਦੀ ਸੂਚੀ ਵਿੱਚ ਕਿਹੜਾ ਇਕਲੌਤਾ ਭਾਰਤੀ ਕ੍ਰਿਕਟ ਸ਼ਾਮਿਲ ਹੋਇਆ ਹਾਂਜੀ ਸਾਲ 2023 ਵਿੱਚ Google ਦੇ ਟੌਪ ਟ੍ਰੈਂਡਿੰਗ ਐਥਲੀਟਾਂ ਦੀ ਸੂਚੀ ਵਿੱਚ ਇਕਲੌਤੇ ਭਾਰਤੀ ਕ੍ਰਿਕਟਰ ਸ਼ਾਮਿਲ ਹੋਇਆ ਮੁਹੰਮਦ ਸ਼ਮੀ অপਸ਼ਨ B ਇਜ਼ ਅ ਰਾਈਟ ਆਨਸਰ BCCI ਇਸ ਵਾਰ ਦੇ ਵਰਲਡ ਕੱਪ ਵਿੱਚ ਮੁਹੰਮਦ ਸ਼ਮੀ ਦਾ ਬਹੁਤ ਅਹਿਮ ਯੋਗਦਾਨ ਰਿਹਾ ਇਹ BCCI ਨੇ ਬੋਲਿਆ ਵਾ ਤੇ ਇਸ ਕਰਕੇ Google ਦੇ ਟੌਪ ਟ੍ਰੈਂਡਿੰਗ ਐਥਲੀਟਾਂ ਦੀ ਸੂਚੀ ਵਿੱਚ ਇਕਲੌਤਾ ਭਾਰਤੀ ਕ੍ਰਿਕਟ ਮੁਹੰਮਦ ਸ਼ਮੀ ਐਡ ਹੋਇਆ ਨੈਕਸਟ ਕੁਐਸ਼ਨ BCCI ਹਾਂਜੀ ਬੀਸੀਸੀਆਈ ਯਾਨੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਨੇ ਕਿਹੜੇ ਖਿਡਾਰੀ ਦੇ ਸਨਮਾਨ ਵਿੱਚ ਜਰਸੀ 7 ਨੂੰ ਸੇਵਾਮੁਕਤ ਕੀਤਾ ਹਾਂਜੀ ਭਾਰਤੀ ਕ੍ਰਿਕਟ ਬੋਰਡ ਨੇ ਮਹਿੰਦਰ ਸਿੰਘ ਧੋਨੀ ਮਹਿੰਦਰ ਸਿੰਘ ਧੋਨੀ ਦੇ ਸਨਮਾਨ ਵਿੱਚ ਜਰਸੀ 7 ਨੂੰ ਸੇਵਾਮੁਕਤ ਕੀਤਾ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਮਹਿੰਦਰ ਸਿੰਘ ਧੋਨੀ ਇਹਨਾਂ ਦੇ ਸਨਮਾਨ ਵਿੱਚ ਬੀਸੀਸੀਆਈ ਨੇ ਜਰਸੀ ਨੰਬਰ 7 ਨੂੰ ਰਿਟਾਇਰ ਕਰ ਦਿੱਤਾ ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਖਿਡਾਰੀ ਨੂੰ 7 ਨੰਬਰ ਦੀ ਜਰਸੀ ਨਹੀਂ ਮਿਲੇਗੀ ਇਹ ਦੂਜੀ ਵਾਰੀ ਹੋਇਆ ਇਸ ਤੋਂ ਪਹਿਲਾਂ ਸਚਿੰਤ ਤੇਂਦਲੂਕਰ ਦੀ ਜਰਸੀ ਨੰਬਰ 10 ਨੂੰ ਰਿਟਾਇਰ ਕੀਤਾ ਗਿਆ ਸੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹਦਾ ਮਤਲਬ ਇਹ ਹੁੰਦਾ ਕਿ ਇਸ ਨੰਬਰ ਦੀ ਜਰਸੀ ਹੁਣ ਕਿਸੇ ਹੋਰ ਖਿਡਾਰੀ ਨੂੰ ਨਹੀਂ ਮਿਲੂਗੀ ਤੇ ਇਹ ਤੁਸੀਂ ਪੜ ਸਕਦੇ ਹੋ ਇੰਪੋਰਟੈਂਟ ਫੈਕਟ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ 2007 ਵਿੱਚ T20 ਵਿਸ਼ਵ ਕੱਪ ਜਿੱਤੇ ਸੀ ਅਤੇ ਉਹਨਾਂ ਦੀ ਕਪਤਾਨੀ ਦੇ ਵਿੱਚ 2014 ਦੇ ਵਿੱਚ T20 ਵਿਸ਼ਵ ਕੱਪ ਜਿੱਤੇ ਆ ਤੇ ਫਿਰ ਧੋਨੀ ਦੀ ਕਪਤਾਨੀ ਵਿੱਚ 2011 ਦੇ ਵਿੱਚ ਇੱਕ 1 ਡੇ ਇੰਟਰਨੈਸ਼ਨਲ ਵੀ ਜਿੱਤੇ ਆ ਸੀ ਠੀਕ ਹੈ ਨੈਕਸਟ ਹੈ ਕਿ ਇਸ ਨੂੰ ਹਾਲ ਹੀ ਵਿੱਚ ਸਾਲ 2023 ਦਾ ਯੂਨਾਈਟਿਡ ਵਰਲਡ ਰੈਸਲਿੰਗ ਰਾਈジング ਸਟਾਰ ਚੁਣਿਆ ਗਿਆ ਹਾਂਜੀ ਸਾਲ 2023 ਦਾ ਯੂਨਾਈਟਿਡ ਵਾਇਲਡ ਰੈਸਲਿੰਗ ਰਾਈジング 스타 ਚੁਣਿਆ ਗਿਆ ਅੰਤਿਮ ਪੰਗਾਲ ਨੂੰ অপਸ਼ਨ B ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਅੰਤਿਮ ਪੰਗਾਲ ਹੁਣ ਅਵਾਰਡ ਦੀ ਗੱਲ ਆ ਤਾਂ ਜਵੇਦ ਅਕਟਰ ਨੂੰ ਅਜੰਤਾ ਐਲੋਰਾ ਫਿਲਮ ਫੈਸਟੀਵਲ ਵਿੱਚ ਪਦਮ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਪੂਸ਼ਪਾ ਭਾਰਤੀ ਨੂੰ 33ਵੇਂ ਵਿਆਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਅਬਦੁੱਲਾਹੀ ਮੀਰ ਨੇ ਵਿਵਸਥਾਬਿਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਸੰਯੁਕਤ ਰਾਸ਼ਟਰ ਨੈਂਸਨ ਅਵਾਰਡ ਜਿੱਤੇ ਆ ਮਾਈਕਲ ਡੈਗਲਸ ਨੂੰ ਸਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਨੈਕਸਟ ਕੁਐਸ਼ਨ ਹਾਲੀ ਦੇ ਵਿੱਚ ਸਾਲ 2023 ਵਿੱਚ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਕਿਸ ਨੇ ਜਿੱਤੇ ਆ ਹਾਂਜੀ ਸਾਲ 2023 ਲਈ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਜਿੱਤੇ ਆ ਅਲੀ ਅਬੂ ਅਬਾਦ ਅਤੇ ਡੈਨੀਅਲ ਬਰੇਨ ਬੋਇਮ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਉਪਰੋਕਤ ਦੋਵੇਂ ਹੀ ਸ਼ਾਂਤੀ ਪੁਰਸਕਾਰ ਦੀ ਗੱਲ ਹੋ ਰਹੀ ਹੈ ਇੰਦਰਾ ਗਾਂਧੀ ਸ਼ਾਂਤੀ ਤੇ ਦੇਖ ਸਕਦੇ ਹੋ ਤੁਸੀਂ ਅਲੀ ਅਬੂ ਆਬਾਦ ਅਤੇ ਡੈਨੀਅਲ ਬੈਰਨ ਵੋਇਡ ਨੈਕਸਟ ਕੁਐਸ਼ਨ ਕਿਹੜੇ ਪੰਜਾਬੀ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਗੋਲਟ ਸ਼ੇਅਰ ਦੇ ਮੇਅਰ ਚੁਣਿਆ ਗਿਆ ਗੋਲਟ ਸਿਟੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਸਿਟੀ ਹੈ ਜਿਸ ਦਾ ਨਾਮਾ ਗੋਲਟ ਤੇ ਇਸ ਦੇ ਦੂਜੀ ਵਾਰ ਮੇਅਰ ਚੁਣੇ ਗਏ ਆ ਜੀ ਕੌਣ ਚੁਣੇ ਗਏ ਪ੍ਰਗਟ ਸਿੰਘ ਸੰਧੂ অপਸ਼ਨ A ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਪਰਗਤ ਸਿੰਘ ਸੰਧੂ ਸੰਧੂ ਤੇ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਕੈਲੀਫੋਰਨੀਆ ਦੇ ਗੋਲਡ ਸ਼ਹਿਰ ਦੇ ਮੇਅਰ ਬਣੇ ਆ ਤੇ ਪਰਗਤ ਸੰਧੂ ਮੂਲ ਰੂਪ ਵਿੱਚ ਜਲੰਧਰ ਦੇ ਲਾਂਬੜਾਂ ਦੇ ਪਿੰਡ ਬਸ਼ੇਰਪੁਰ ਦੇ ਰਹਿਣ ਵਾਲੇ ਆ ਅਤੇ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਆ ਤੇ ਪਰਗਤ ਸਿੰਘ ਨੂੰ ਪਹਿਲੀ ਵਾਰ ਦਸੰਬਰ 2019 ਵਿੱਚ ਗੋਲਡ ਸਿਟੀ ਦਾ ਮੇਅਰ ਚੁਣਿਆ ਹਾਂਜੀ ਨੈਕਸਟ ਪੋਜੀਸ਼ਨ ਹੈ ਕੇਲੋ ਇੰਡੀਆ ਪੈਰਾ ਗੇਮਸ 2023 ਵਿੱਚ ਕਿਸ ਨੇ ਟੌਪ ਸਥਾਨ ਹਾਸਲ ਕੀਤਾ हां जी ਖੇਲੋ ਇੰਡੀਆ ਪੈਰਾ ਗੇਮਸ 2023 ਵਿੱਚ ਹਰਿਆਣਾ ਨੇ ਟੌਪ ਸਥਾਨ ਹਾਸਲ ਕੀਤਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਜਿਹੜੀਆਂ ਖੇਲੋ ਇੰਡੀਆ ਪੈਰਾ ਗੇਮਸ 2023 ਐ ਨਵੀ ਦਿੱਲੀ ਦੇ ਵਿੱਚ ਹੋਈਆਂ ਤੇ ਇਸ ਦੇ ਵਿੱਚ ਹਰਿਆਣਾ ਨੇ ਟੋਟਲ 105 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 49 골ਡ ਦੇ ਆ 39 ਬ੍ਰਾਉਨਸ ਦੇ ਆ ਅਤੇ 26 ਸਿਲਵਰ ਦੇ ਆ ਸੈਕੰਡ ਤੇ ਰਿਹਾ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਨੇ ਟੋਟਲ 62 ਮੈਡਲ ਜਿੱਤੇ ਆ ਜਿਸ ਦੇ ਵਿੱਚੋਂ 25 골ਡ ਦੇ ਆ 23 ਸਿਲਵਰ ਦੇ ਆ ਅਤੇ 14 ਕਾਂਸ਼ੀ ਦੇ ਆ ਠੀਕ ਹੈ ਬ્રાਉਂਸ ਦੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸਚਨ ਕਾਸ਼ੀ ਤਮਿਲ ਸੰਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਭਾਸ਼ਣ ਦੌਰਾਨ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਕੀ ਹੈ ਹਾਂਜੀ ਇੱਕ ਕਾਸ਼ੀ ਤਮਿਲ ਸੰਗਮ ਹੋਇਆ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਭਾਸ਼ਣ ਦੌਰਾਨ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਤੇ ਇਸ ਦਾ ਨਾਮ ਸੀ ਭਾਸ਼ਨੀ ਆਰਟੀਫੀਸ਼ੀਅਲ ਇੰਟੈਲੀਜੈਂਸ অপਸ਼ਨ ਬੀ ਇਸ ਦਾ ਰਾਈਟ ਆਨਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਾਰਾਨਸੀ ਦੇ ਵਿੱਚ ਕਾਸ਼ੀ ਤਮਿਲ ਸੰਗਮ ਦੇ ਦੂਜੇ ਐਡੀਸ਼ਨ ਦਾ ਉਦਘਾਟਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਡਿਜੀਟਲ ਮਾਧਿਅਮ ਰਾਹੀਂ ਕੰਨਿਆ ਕੁਮਾਰੀ ਤੋਂ ਬਨਾਰਸ ਤੱਕ ਕਾਂਸੀ ਤਮਿਲ ਸੰਗਮ ਐਕਸਪ੍ਰੈਸ ਵੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਕਾਸ਼ੀ ਤਮਿਲ ਸੰਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਤੇ ਉਹਨਾਂ ਦੇ ਭਾਸ਼ਣ ਦਾ ਤਮਿਲ ਵਿੱਚ ਅਨੁਵਾਦ ਕੀਤਾ ਗਿਆ ਭਾਸ਼ਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਟੂਲ ਵਿੱਚ ਕਿਸੇ ਵੀ ਭਾਸ਼ਾ ਨੂੰ ਕਨਵਰਟ ਕੀਤਾ ਜਾ ਸਕਦਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਪਹਿਲੀ ਵਾਰ ਬਿਜ਼ੇ ਹਜ਼ਾਰੇ ਟਰੋਫੀ ਦਾ ਖਿਤਾਬ ਕਿਸ ਨੇ ਜਿੱਤਿਆ ਹੈ ਹਾਂਜੀ ਪਹਿਲੀ ਵਾਰ ਵਿਜੇ ਹਜ਼ਾਰੇ ਟਰੋਫੀ ਦਾ ਖਿਤਾਬ ਜਿੱਤੇ ਆ ਹਰਿਆਣਾ ਨੇ ਰਾਜਸਥਾਨ ਨੂੰ ਹਰਾ ਕੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹਰਿਆਣਾ ਹਰਿਆਣਾ ਨੇ ਰਾਜਸਥਾਨ ਨੂੰ ਹਰਾ ਕੇ ਪਹਿਲੀ ਵਾਰ ਵਿਜੇ ਹਜ਼ਾਰੇ ਟਰੋਫੀ ਦਾ ਖਿਤਾਬ ਜਿੱਤੇ ਆ ਨੈਕਸਟ ਕੁਐਸ਼ਨ ਆ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਕੌਣ ਬਣੇ ਹਨ ਹਾਂਜੀ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣੇ ਆ ਮਿਚੇਲ ਸਟੋਰਿਕ অপশন এ ইজ আ রাইট আনসার আইপিএল 2024 ਦੀ ਨਿਲਾਮੀ ਦੇ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣੇ ਆ ਮਿਚেল ਸਟੋਰੀਕ ਇਹਨਾਂ ਨੂੰ ਕੇਕੇਆਰ ਨੇ 24.75 ਕਰੋੜ ਦੇ ਵਿੱਚ ਖਰੀਦੇ ਆ ਅਤੇ ਫਿਰ ਸੈਕਿੰਡ ਤੇ ਆ ਪੈਟ ਕਮਿੰਸ ਇਹਨਾਂ ਨੂੰ ਸਨਰਾਇਜ਼ਰਜ਼ ਹైదరాబాద్ ਨੇ 20 ਕਰੋੜ 50 ਲੱਖ ਚ ਖਰੀਦੇ ਆ ਤੀਜੇ ਤੇ ਆ ਡੈਰਿਲ ਮਿਸੇਲ ਇਹਨਾਂ ਨੂੰ ਚੇਨਈ ਸੁਪਰ ਕਿੰਗਸ ਨੇ 14 ਕਰੋੜ ਦੇ ਵਿੱਚ ਖਰੀਦੇ ਆ ਨੈਕਸਟ ਕੁਐਸ਼ਨ ਆ ਕਿਸ ਨੇ ਹਾਲ ਹੀ ਵਿੱਚ ਅੰਡਰ 19 ਏਸ਼ੀਆ ਕੱਪ ਦਾ ਖਿਤਾਬ ਜਿੱਤੇ ਆ ਅੰਡਰ 19 ਏਸ਼ੀਆ ਕੱਪ ਦਾ ਖਿਤਾਬ ਬੰਗਲਾਦੇਸ਼ ਨੇ ਯੂਏਈ ਨੂੰ ਹਰਾ ਕੇ ਜਿੱਤੇ ਆ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਬੰਗਲਾਦੇਸ਼ ਨੇ ਯੂਏਈ ਨੂੰ 195 ਰਨ ਨਾਲ ਹਰਾਇਆ ਅਤੇ ਖਿਤਾਬ ਜਿੱਤੇ ਆ ਤੇ ਅੰਡਰ 19 ਏਸ਼ੀਆ ਕੱਪ ਯੂਏਈ ਦੇ ਵਿੱਚ ਹੀ ਹੋਇਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਆ हाल ही ਵਿੱਚ ਦੇਸ਼ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਵਜੋਂ ਕਿਹੜਾ ਰਾਜ ਉੱਭਰਿਆ ਹੈ ਹਾਂਜੀ ਦੇਸ਼ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਦੇ ਵਜੋਂ ਮਹਾਰਾਸ਼ਟਰ ਉੱਭਰਿਆ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਮਤਲਬ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਕੀਦਾ ਵਾ ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ 15.7% ਯੋਗਦਾਨ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਤੇ ਪਹਿਲੇ ਸਥਾਨ ਤੇ ਰਿਹਾ ਸੈਕਿੰਡ ਤੇ ਆ ਯੂਪੀ ਯਾਨੀ ਕਿ ਉੱਤਰ ਪ੍ਰਦੇਸ਼ ਇਸ ਦਾ 9.2% ਯੋਗਦਾਨ थर्ड थे तमिलनाडु इज द 9.1% योगदान नेक्स्ट क्वेश्चन हाल ही ਵਿੱਚ G20 ਸਮੇਲਨ ਵਿੱਚ ਗਲੋਬਲ ਆਈਕਨ ਅਵਾਰਡ ਕਿਸ ਨੇ ਜਿੱਤਿਆ ਹੈ वेरी ਇੰਪੋਰਟੈਂਟ G20 ਸਮੇਲਨ ਦੇ ਵਿੱਚ ਗਲੋਬਲ ਆਈਕਨ ਅਵਾਰਡ ਜਿੱਤਿਆ ਵਾਜੀ ਸ਼੍ਰੀ ਨਿਵਾਸ ਮਾਈਕ ਨੇ অপਸ਼ਨ B इज द राइट आंसर नेक्स्ट क्वेश्चन हाल ही ਵਿੱਚ ਲੀਫ 에릭सन लूनਰ ਅਵਾਰਡ ਕਿਸ ਨੂੰ ਦਿੱਤਾ ਗਿਆ ਹਾਂਜੀ ਲੀਫ 에릭슨 ਲੂਨਰ ਅਵਾਰਡ ਵੈਰੀ ਇੰਪੋਰਟੈਂਟ ਲਿਖ ਲਓ ਇਸ ਨੂੰ ਲੀਫ 에릭슨 ਲੂਨਰ ਅਵਾਰਡ ਜਿੱਤਿਆ ਵਾ ਇਸਰੋ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਚੰਦਰਯਾਨ ਦੀ ਚੰਦਰਯਾਨ 3 ਦੀ ਉਪਲਬਧੀ ਦੇ ਲਈ ਇਸਰੋ ਨੂੰ ਲੀਫ 에릭슨 ਲੂਨਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜੀ 7 ਦੇਸ਼ਾਂ ਨੇ ਆਪਣੇ ਬਾਜ਼ਾਰਾਂ ਵਿੱਚ ਕਿਸ ਦੇਸ਼ ਦੇ ਹੀਰਿਆਂ ਦੀ ਐਂਟਰੀ ਨੂੰ ਰੋਕਣ ਦੀ ਯੋਜਨਾ ਬਣਾਈ ਹਾਂਜੀ ਜੀ 7 ਡੇਸ ਤੇ ਇਸ ਨੇ ਆਪਣੇ ਬਾਜ਼ਾਰ ਦੇ ਵਿੱਚ ਹੀਰਿਆਂ ਨੂੰ ਖਰੀਦਨ ਤੇ ਰੋਕਿਆ ਵਾ ਰੂਸ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਜੀ 7 ਕੰਟਰੀਜ਼ ਕਿਹੜੀਆਂ ਨੇ ਕੈਨੇਡਾ ਫਰਾਂਸ ਜਰਮਨੀ ਇਟਲੀ ਯੂਕੇ ਯੂਐਸਏ ਅਤੇ ਜਾਪਾਨ ਤੇ ਇਹਨਾਂ ਨੇ ਆਪਣੇ ਦੇਸ਼ ਦੇ ਵਿੱਚ ਰੂਸ ਦੇ ਕੱਚੇ ਤੇਲ ਤੇ ਸੌਰੀ ਕੱਚੇ ਹੀਰੇ ਤੇ ਕੱਚੇ ਹੀਰੇ ਤੇ ਪਾਬੰਦੀ ਲਗਾਈ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਮਰਨ ਉਪਰੰਤ ਵੀਰ ਚੱਕਰ ਕਿਸ ਨੂੰ ਦਿੱਤਾ ਗਿਆ ਹਾਂਜੀ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ ਬੈਨੋਇਲ ਰਾਏ ਚੌਧਰੀ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇਮੇਜ ਦੇ ਵਿੱਚ ਵੀ ਤੁਸੀਂ ਦੇ ਸਕਦੇ ਹੋ ਬੈਨੋਇਲ ਰਾਏ ਚੌਧਰੀ ਨੈਕਸਟ ਪੋਜੀਸ਼ਨ ਹੈ ਜੀ ਕਿਸ ਨੇ ਹਾਲ ਹੀ ਵਿੱਚ ਟੈਗੋਰ ਸਾਹਿਤਕ ਪੁਰਸਕਾਰ ਜਿੱਤਿਆ ਹੈ ਹਾਂਜੀ ਟੈਗੋਰ ਸਾਹਿਤਕ ਪੁਰਸਕਾਰ ਜਿੱਤਿਆ ਵਾ ਸੁਕਿਰਤਾ ਪਾਲ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹਨਾਂ ਦੀ ਇੱਕ ਬੁੱਕ ਆ ਜਿਸ ਦਾ ਨਾਮ ਆ ਸ਼ਾਰਟ ਐਂਡ ਪੇਪਰ ਸਿਲੈਕਟਡ ਪੁਆਇੰਟਸ ਇਸ ਦੇ ਲਈ ਇਹਨਾਂ ਨੂੰ ਟੈਗੋਰ ਸਾਇਤਕ ਪੁਰਸਕਾਰ ਦਿੱਤਾ ਗਿਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਜਾਰੀ ਇੰਡੀਆ ਸਕਿੱਲ ਰਿਪੋਰਟ 2024 ਦੇ ਅਨੁਸਾਰ ਭਾਰਤ ਵਿੱਚ ਕੰਮ ਕਰਨ ਲਈ ਸਭ ਤੋਂ ਪਸੰਦੀਦਾ ਰਾਜ ਕਿਹੜਾ ਬਣਿਆ ਹਾਂਜੀ ਇੰਡੀਆ ਸਕਿੱਲ ਰਿਪੋਰਟ 2024 ਦੇ ਅਨੁਸਾਰ ਭਾਰਤ ਵਿੱਚ ਕੰਮ ਕਰਨ ਲਈ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸ਼ਹਿਰ ਬਣਿਆ ਕੋਚੀ ਅਤੇ ਤ੍ਰਿਵੰਤਮਪੁਰਮ ਇਹ ਕੇਰਲ ਦੇ ਵਿੱਚ ਹੈ ਤੇ ਉਹਨਾਂ ਵਜ੍ਹਾ ਕਰਕੇ ਕੇਰਲ ਟਾਪ ਤੇ ਰਿਹਾ ਹੈ ਠੀਕ ਹੈ ਕੋਚੀ ਅਤੇ ਤ੍ਰਿਵੰਤਮਪੁਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਯੂਨੈਸਕੋ ਨੇ ਕਿੱਥੇ ਦੇ ਰਾਮਬਾਗ ਗੇਟ ਅਤੇ ਰਾਮਪਾਇਟ ਨੂੰ ਸਨਮਾਨਿਤ ਕੀਤਾ ਹਾਂਜੀ ਰਾਮਬਾਗ ਗੇਟ ਅਤੇ ਰਾਮਪਾਇਟ ਨੂੰ ਸਨਮਾਨਿਤ ਕੀਤਾ ਅੰਮ੍ਰਿਤਸਰ ਦੇ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਯੂਨੈਸਕੋ ਨੇ ਕੀਤਾ ਯੂਨੈਸਕੋ ਦੀ ਫੁੱਲ ਫਾਰਮ ਆ ਯੂਨਾਈਟਿਡ ਨੈਸ਼ਨਲ ਐਜੂਕੇਸ਼ਨਲ ਸਾਇੰਟਿਫਿਕ ਕਲਚਰਲ ਆਰਗੇਨਾਈਜੇਸ਼ਨ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਬਕਾਰੀ ਐਫ ਆਈ ਐਚ ਪੁਰਸਕਾਰ ਜਿੱਤਿਆ ਹੈ ਹਾਂਜੀ ਬਕਾਰੀ ਐਫ ਆਈ ਐਚ ਪੁਰਸਕਾਰ ਇਹ ਕਿੰਨਾਂ ਨੇ ਜਿੱਤਿਆ ਵਾ ਹਾਰਦਿਕ ਸਿੰਘ ਅਤੇ ਸੁਵਿਤਾ ਪੁਨੀਆਣੀ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਉਪਰੋਕਤ ਦੋਵੇਂ ਹੀ ਤੇ ਹਾਕੀ ਦੇ ਪਲੇਅਰ ਆ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਨੈਕਸਟ ਕੁਐਸ਼ਨ ਕਿਸ ਟੀਮ ਨੇ ਹਾਲ ਹੀ ਵਿੱਚ 17ਵੇਂ 올 ਇੰਡੀਆ ਸ਼ਹੀਦ ਮੇਜਰ ਅਮਿਤ ਤ੍ਰਿਪਾਠੀ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤੇ ਆ ਹਾਂਜੀ ਸਤਾਰਵੇਂ 올 ਇੰਡੀਆ ਸ਼ਹੀਦ ਮੇਜਰ ਅਮਿਤ ਤ੍ਰਿਪਾਠੀ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤੇ ਆ ਵਾ ਇਹ ਖਿਤਾਬ ਜਿੱਤੇ ਆ ਵਾ ਜਿੱਦ ਦਿੱਲੀ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਦਿੱਲੀ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਡੀਜ਼ੀ ਯਾਤਰਾ ਚਿਹਰੇ ਦੀ ਪਛਾਣ ਤਕਨੀਕ ਕਿੰਨੇ ਭਾਰਤੀ ਹਵਾਈ ਅੱਡਿਆਂ ਵਿੱਚ ਲਾਗੂ ਕੀਤੀ ਗਈ ਤੱਤੋਂ ਪਹਿਲਾਂ ਤਾਂ ਡੀਜੀ ਯਾਤਰਾ ਦੀ ਗੱਲ ਕਰਦੇ ਆ ਇੱਥੇ ਚਿਹਰੇ ਦੀ ਪਛਾਣ ਤਕਨੀਕ ਦਾ ਕੀ ਮਤਲਬ ਹੈ ਇਹ ਫੇਸ ਤਕਨੀਕ ਇੱਕ ਜਿਹੜੀ ਕਿ ਭਾਰਤ ਦੇ 13 ਹਵਾਈ ਅੱਡਿਆਂ ਦੇ ਵਿੱਚ ਲਾਗੂ ਕੀਤੀ ਗਈ ਹੈ অপਸ਼ਨ ਬੀ ਇਸ ਦਾ ਰਾਈਟ ਆਨਸਰ ਦੇਖੋ ਇੱਕ ਤਾਂ ਨਾਰਮਲ ਚੈਕਿੰਗ ਹੁੰਦੀ ਹੈ ਜਦ ਆਪਾਂ 에ਰਪੋਰਟ ਤੇ ਜਾਂਦੇ ਆ ਜਿਸ ਦੇ ਵਿੱਚ ਆਧਾਰ ਕਾਰਡ ਦੇਖਿਆ ਜਾਂਦਾ ਕੋਈ ਵੀ ਆਈਡੀ ਦੇਖੀ ਜਾਂਦੀ ਹੈ ਜੋ ਵੈਰੀਫਾਈਡ ਹੁੰਦੀ ਆ ਪਰ ਇੱਕ ਪਾਸੇ ਡੀਜੀ ਯਾਤਰਾ ਚੈਕਿੰਗ ਹੁੰਦੀ ਹੈ ਜਿੱਥੇ ਤੁਸੀਂ ਆਪਣਾ ਫੇਸ ਦਿਖਾਉਂਦੇ ਹੋ ਅਤੇ ਉੱਥੇ ਤੁਹਾਡੀਆਂ ਅੱਖਾਂ ਦੇ ਰੈਟੀਨਾ ਨੂੰ ਸਕੈਨ ਕੀਤਾ ਜਾਂਦਾ ਜੋ ਆਧਾਰ ਕਾਰਡ ਵਿੱਚ ਤੁਹਾਡੀ ਡਿਟੇਲ ਆ ਉਸ ਨੂੰ ਮੈਚ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਜਿਹੜੀ ਚੈਕਿੰਗ ਆ ਉਹ ਈਜ਼ੀ ਹੋ ਜਾਂਦੀ ਆ ਸਮਾਂ ਵੀ ਘੱਟ ਲੱਗਦਾ ਵਾ ਠੀਕ ਹੈ ਏਆਈਐਸ ਦੇ ਵਿੱਚ ਚਿਹਰੇ ਦੀ ਪ੍ਰਸ਼ਾਂਤ ਤਕਨੀਕ ਦੇ ਵਿੱਚ ਨੈਕਸਟ ਕੁਐਸਚਨ ਆ ਜੀ ਸਾਹਿਤ ਅਕਾਦਮੀ ਪੁਰਸਕਾਰ ਲਈ ਹਾਲ ਹੀ ਵਿੱਚ ਕਿਸ ਨੂੰ ਚੁਣਿਆ ਗਿਆ ਹਾਂਜੀ ਸਾਹਿਤ ਅਕਾਦਮੀ ਪੁਰਸਕਾਰ ਦੇ ਲਈ ਚੁਣਿਆ ਗਿਆ ਵਾ ਸੋਰੋ ਚੈਬੂਮ ਗੰਬੀਨੀ ਨੂੰ অপশন সি ইজ দা রাইট आंसर 소রো চাবুম গੰਬਣੀ ਦੇਖ ਸਕਦੇ ਹੋ ਤੁਸੀਂ এমএস ਦੇ ਵਿੱਚ ਇਹ ত্রিপুরা ਦੀ ਆ ਤੇ মণিপুরী कवित्री ਆ नेक्स्ट কোশ্চেন ਹੈ ਜੀ ਦੇਸ਼ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਟੀ ਕਿੱਥੇ ਬਣੇਗਾ हां जी ਦੇਸ਼ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਟੀ ਹੈ ਜਿਹੜੀ ਇਹ ਲਖਨਊ ਦੇ ਵਿੱਚ ਬਣੇਗੀ অপশন সি ইজ দা রাইট आंसर ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਸਿਟੀ ਬਣੇਗਾ ਲਖਨਊ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਨੇ ਆਈਬੀ ਆਈਬੀ ਪੀ ਰੂਟ ਦਾ ਵਿਸਥਾਰ ਕਰਨ ਲਈ ਸਹਿਮਤੀ ਦਿੱਤੀ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਆਈਬੀਪੀ ਯਾਨੀ ਕਿ ਇੰਡੀਆ ਬੰਗਲਾਦੇਸ਼ ਪ੍ਰੋਟੋਕਾਲ ਰੂਟ ਤੇ ਇਸ ਨੂੰ ਭਾਰਤ ਅਤੇ ਬੰਗਲਾਦੇਸ਼ ਦੀ ਸਹਿਮਤੀ ਦੇ ਨਾਲ ਬਣਾਇਆ ਜਾਣਾ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਬੰਗਲਾਦੇਸ਼ ਨੈਕਸਟ ਕੁਐਸ਼ਨ ਫੋਰਵਰਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਐਥਲੀਟਾਂ ਦੀ ਸੂਚੀ ਵਿੱਚ ਹਾਲ ਹੀ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਫੋਰਵਰਡਸ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਐਥਲੀਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਦੇ ਅਕੋਰਡਿੰਗ ਸਿਖਰ ਤੇ ਰਿਹਾ ਈਗਾ ਸੁਵਿਟੇਕ অপਸ਼ਨ ਸੀ ਇਸ ਦਾ ਰਾਈਟ ਆਨਸਰ ਤੇ ਇੰਡੀਆ ਦੀ ਪੀਵੀ ਸਿੱਧੂ ਇਸ ਲਿਸਟ ਦੇ ਵਿੱਚ 16ਵੇਂ ਨੰਬਰ ਤੇ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਈਗਾ ਸੁਵਿਟੇਕ ਟੈਨਿਸ ਪਲੇਅਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਮੇਰਾ ਭਾਰਤ ਮੋਹਿਮ ਕਿਸ ਨੇ ਸ਼ੁਰੂ ਕੀਤੀ ਮੇਰਾ ਭਾਰਤ ਮੋਹਿਮ ਸ਼ੁਰੂ ਕੀਤੀ ਆ ਅਨੁਰਾਗ ਠਾਕੁਰ ਨੇ ਆਪਸ਼ਨ ਸੀ ਇਸ ਆ ਰਾਈਟ ਆਂਸਰ 2047 ਦੇ ਵਿਕਸਿਤ ਭਾਰਤ ਦੇ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਮੇਰਾ ਭਾਰਤ ਮੋਹਿਮ ਸ਼ੁਰੂ ਕੀਤੀ ਅਨੁਰਾਗ ਠਾਕੁਰ ਨੇ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਖੋਜੇ ਗਏ ਬੈਕਟੀਰੀਆ ਦਾ ਨਾਮ ਕਿਸ ਦੇ ਨਾਮ ਉੱਤੇ ਰੱਖਿਆ ਗਿਆ ਹਾਂਜੀ ਰੀਸੈਂਟਲੀ ਇੱਕ ਨਵੇਂ ਬੈਕਟੀਰੀਆ ਦੀ ਖੋਜ ਹੋਈ ਆ ਇਹ ਜਿਹੜਾ ਬੈਕਟੀਰੀਆ ਵਾ ਇਨੋਵੇਸ਼ਯ ਭਾਰਤੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲੱਭਿਆ ਵਾ ਤੇ ਇਹ ਬੈਕਟੀਰੀਆ ਪੌਦਿਆਂ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੈ ਤੇ ਇਸ ਕਰਕੇ ਇਸ ਦਾ ਨਾਮ ਆ ਜਿਹੜਾ ਰਵਿੰਦਰ ਨਾਟਾਗੋਰ ਦੇ ਨਾਮ ਤੇ ਰੱਖਿਆ ਗਿਆ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਤੇ ਇਸ ਦਾ ਨਾਮ ਰੱਖਿਆ ਗਿਆ ਬੈਕਟੀਰੀਆ ਦਾ ਵੈਂਟੋਆ ਟੈਗੋਰੀ ਨੈਕਸਟ ਪੋਜੀਸ਼ਨ ਕਿਹੜਾ ਰਾਜ ਹਾਲੀ ਵਿੱਚ ਭਾਰਤ ਦੀ ਪੈਟਰੋ ਰਾਜਸਥਾਨ ਨਹੀਂ ਵਜੂਬ ਰਿਆ ਹਾਂਜੀ ਭਾਰਤ ਦੀ ਪੈਟਰੋ ਰਾਜਸਥਾਨ ਨਹੀਂ ਕਿਹੜਾ ਰਾਜ ਬਣਿਆ ਗੁਜਰਾਤ অপশন বি ইজ দা রাইট অ্যানসার গুজরাট ਦੇ ਜਾਮਨਗਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਕੱਚੇ ਤੇਲ ਰਿਫਾਈਨਰੀ ਆ ਕੱਚੇ ਤੇਲ ਦੀ ਰਿਫਾਈਨਰੀ ਆ ਜਿਸ ਦੀ ਵਜ੍ਹਾ ਕਰਕੇ ਭਾਰਤ ਦੀ ਪੈਟਰੋ ਰਾਜਸਤਾਨੀ গুজরাট ਬਣਿਆ ਵਾ ਤੇ ਇਸ ਤੋਂ ਇਲਾਵਾ OPL ਪੈਟਰੋケमिकਲ ਕੰਪਲੈਕਸ ਵੀ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਹੜੇ ਹਵਾਈ ਅੱਡੇ ਦਾ ਨਾਮ ਬਦਲਿਆ ਜਾਵੇਗਾ ਹਾਂਜੀ ਰੀਸੈਂਟਲੀ ਅਯੋਧਿਆ ਹਵਾਈ ਅੱਡੇ ਦਾ ਨਾਮ ਬਦਲਿਆ ਗਿਆ অপশন সি ইজ দা রাইট আনসার। অযোধ্যা हवाई अड्डे ਦਾ ਨਾਮ ਬਦਲ ਕੇ ਮਹਾਰਿਸ਼ੀ ਬਾਲਮੀਕੀ ਇੰਟਰਨੈਸ਼ਨਲ 에য়ারਪੋਰਟ অযোধਿਆ ਧਾਮ ਕਰ ਦਿੱਤਾ ਗਿਆ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।